ਬੀਤੇ ਕੱਲ ਹੋਈਆਂ ਮਿਸੀਸਾਗਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਮੇਅਰ ਪਦ ਦੀ ਦਾਅਵੇਦਾਰ ਅਤੇ ਮਿਸੀਸਾਗਾ ਦੀ ਨਵੀਂ ਬਣੀ ਮੇਅਰ ਕੈਰੋਲਿਨ ਪੈਰਿਸ ਦੀ ਸਖ਼ਤ ਵਿਰੋਧੀ ਮੰਨੀ ਜਾਂਦੀ ਦੀਪਿਕਾ ਦਰਮੇਲਾ ਦੇ ਖਿਲਾਫ ਇਸ ਵਾਰ ਦੀ ਚੋਣ ਪ੍ਰਚਾਰ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦੀਪਿਕਾ ਦਰਮੇਲਾ ਨੇ MPP ਹੁੰਦਿਆਂ ਸਮੇਂ ਅੰਟਾਰੀਓ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਉਸ ਮੋਸ਼ਨ ਦੇ ਖਿਲਾਫ ਵੋਟ ਪਾਈ ਸੀ ਜਿਸ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਉਹਨਾਂ ਨੇ ਸਿੱਖ ਨਸਲਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਚੋਣਾਂ ਦੇ ਵਿੱਚ ਜਦੋਂ ਇਹ ਪੋਸਟ ਸਾਂਝੀ ਕੀਤੀ ਗਈ ਤਾਂ ਇਹ ਪੋਸਟ ਅੱਗ ਵਾਂਗ ਫੈਲ ਗਈ। ਸਰਬਜੀਤ ਕੌਰ ਜੋ ਇੱਕ ਸਿਆਸੀ ਮਾਹਿਰ ਹੈ ਅਤੇ ਕੈਰੋਲਿਨ ਪੈਰਿਸ ਦੀ ਹਮਾਇਤੀ ਹੈ, ਉਹਨਾਂ ਨੇ ਵੀ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਉੱਪਰ ਸਾਂਝਾ ਕੀਤਾ ਜਿਸ ਉੱਪਰ 50,000 ਤੋਂ ਵੱਧ ਪ੍ਰਤੀਕਰਮ ਆਏ। ਇਸ਼ੂ ਜਸਟ ਬੇਸਡ ਔਨ ਵਟ ਆਈ ਸੋ ਕਿ ਜਿਹੜੀ ਰਿਐਕਸ਼ਨ ਸੀ, ਕਿੰਨੀ ਉਹ ਪੋਸਟ ਸ਼ੇਅਰ ਹੋਈ, ਜਿੱਦਾਂ ਵਾਇਰਲ ਵੀ ਗਈ ਆ, ਮੈਨੂੰ ਲੱਗਦਾ ਕਿ ਜਿਹੜੇ ਮਿਸੀਸਾਗਾ ਸਪੈਸ਼ਲੀ ਉੱਥੇ ਕਾਫੀ ਸਿੱਖ ਵੀ ਰਹਿੰਦੇ, ਮੁਸਲਿਮ ਵੀ ਰਹਿੰਦੇ, ਸੋ ਉਹਨਾਂ ਨੂੰ ਆਈ ਥਿੰਕ ਦੇ ਵਰ ਸਰਪ੍ਰਾਈਜ਼ ਟੂ ਨੋ ਦੈਟ ਐਂਡ ਐਸਪੈਸ਼ਲੀ ਹੁਣ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਅਸੀਂ ਸਾਰੇ ਕਮੈਂਬਰੇਸ਼ਨ ਕਰਦੇ ਹਾਂ, ਇਟ ਮੇਡ ਐਨ ਇੰਪੈਕਟ ਫੋਰ ਲੋਟ ਆਫ ਪੀਪਲ। ਪਰ ਜਦੋਂ ਅਸੀਂ ਅੱਜ ਸਰਬਜੀਤ ਤੋਂ ਪੁੱਛਿਆ ਕਿ ਇਹ ਮੁੱਦਾ ਮਿਸੀਸਾਗਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਕਿਉਂ ਬਣਾਇਆ ਗਿਆ ਅਤੇ ਜਾਣ ਬੁੱਝ ਕੇ ਇਸ ਸਮੇਂ ਹੀ ਇਸ ਨੂੰ ਕਿਉਂ ਉਭਾਰਿਆ ਗਿਆ ਤਾਂ ਇਸ ਉੱਪਰ ਸਰਬਜੀਤ ਦਾ ਇਹ ਜਵਾਬ ਸੀ। ਇਟ ਵਾਜ਼ ਐਕਚੁਲੀ ਕਨੇਡੀਅਨ ਇਸ਼ੂ, ਨਾਲੇ ਜੂਨ ਹੈਗਾ ਮਹੀਨਾ ਜਦੋਂ ਅਸੀਂ ਜਿਹੜੇ ਸਿੱਖ ਕਮਿਊਨਿਟੀ ਵਾਲੇ ਹੋਰ ਵੀ ਜਿਹੜੇ ਆ ਯੂਨੋ ਕੰਪੈਸ਼ਨ ਵਾਲੇ ਲੋਕ ਆ ਸੈਲੀਬ੍ਰੇਟ ਕਰਦੇ, ਰਿਮੈਂਬਰ ਕਰਦੇ ਆ ਕਿ ਜਿਹੜਾ 1984 ਦੀ ਅਟੈਕ ਸੀ ਗੋਲਡਨ ਟੈਂਪਲ 'ਤੇ, ਨਾਲੇ ਜੈਨੋਸਾਈਡ ਸੀ, ਰਿਮੈਂਬਰ ਕਰਦੇ। ਸੋ ਜਦੋਂ ਅਸੀਂ ਇਹ ਕਹਿੰਦੇ ਕਿ ਇਹ ਇਸ਼ੂ ਇੰਪੋਰਟੈਂਟ ਕਿਉਂ ਆ, ਇਹ ਵੈਲਿਊਜ਼ ਦੀਆਂ ਗੱਲਾਂ ਹੁੰਦੀਆਂ, ਰਾਈਟ? ਸੋ ਲੋਕ ਇਸ਼ੂ ਜਿਹੜਾ ਇੰਪੋਰਟੈਂਟ ਆ ਕਿ ਜਿਹੜਾ ਵੋਟਰਾਂ ਨੂੰ ਇੰਪੋਰਟੈਂਟ ਲੱਗਦਾ, ਦੈਟਸ ਵਾਟਸ ਇੰਪੋਰਟੈਂਟ। ਸੋ ਜੇ ਲੋਕ ਕਹਿੰਦੇ ਕਿ ਨਹੀਂ ਰੈਲੀਵੈਂਟ ਇਸ਼ੂ, ਦੇ ਡੋਂਟ ਹੈਵ ਟੂ ਪੇ ਅਟੈਂਸ਼ਨ, ਜੇ ਕਿਸੇ ਨੂੰ ਰੈਲੀਵੈਂਟ ਆ, ਦੇ ਵੁੱਡ ਪੇ ਅਟੈਂਸ਼ਨ। ਦ ਕੈਨੇਡੀਅਨ ਮੁਸਲਿਮ ਵੋਟ ਸੰਸਥਾ ਜੋ ਆਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਦੀ ਹੈ, ਉਸ ਦੇ ਬੁਲਾਰੇ ਅਮੀਰ ਅਸ਼ਰਫ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਵੱਡੇ ਪੱਧਰ 'ਤੇ ਵੋਟਰਾਂ ਨੂੰ ਭਰਮਾਉਣ ਅਤੇ ਉਤਸ਼ਾਹਿਤ ਕਰਨ ਲਈ ਕੀਤੀ ਗਈ। ਪਰ ਉਮੇਰ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ ਕਿ ਇੱਕ ਪੋਸਟ ਜਾਂ ਇੱਕ ਮੁੱਦਾ ਕਿਸੇ ਦੀ ਜਿੱਤ ਜਾਂ ਹਾਰ ਤੈਅ ਕਰ ਸਕਦਾ ਹੈ। ਕੁਝ ਲੋਕ ਹੈ ਜੋ ਇੱਕ ਚੀਜ਼ ਦੇਖ ਕੇ ਉਸ ਤੇ ਫਿਰ ਉਹ ਆਪਣੇ ਆਪ ਕੋ ਮੁਤਮਈਨ ਹੋ ਜਾਤੇ ਹੈ ਕਿ ਨਹੀਂ ਇਹ ਐਸੇ ਹੀ ਹੈ, ਇਹ ਵੋ ਵੈਸੇ ਹੀ ਹੈ, ਇਹ ਵੈਸੇ ਹੈ, ਇਹ ਵੋ ਵੈਸੇ ਹੈ। ਲੇਕਿਨ ਹਮ ਲੋਗ ਕਾ ਕਾਮ ਇਹ ਹੈ ਕਿ ਜਿਤਨੀ ਇਨਫੋਰਮੇਸ਼ਨ ਹਮ ਲੋਗ ਬਾਹਰ ਲਾ ਸਕੇ, ਹਮ ਲੋਗ ਲੈ ਕੇ ਆਏ ਔਰ ਲੋਗੋਂ ਕੋ ਦਿਖਾ ਸਕਤੇ ਹੈ ਕਿ ਦੇਖੀ ਜੋ ਇਨਸਾਨ ਹੋਤਾ ਹੈ ਵੋ ਏਕ ਇਸ਼ੂ ਪੇ ਤੋ ਵੋਟ ਨਹੀਂ ਕਰਤਾ ਹੈ, ਵੋ ਮਲਟੀ ਇਸ਼ੂ ਵੋਟਰ ਹੋਤਾ ਹੈ। ਉਮੇਰ ਕਹਿੰਦੇ ਹਨ ਕਿ ਆਮ ਲੋਕਾਂ ਅਤੇ ਵੋਟਰਾਂ ਨੂੰ ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨ ਅਤੇ ਉਸ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਦੀ ਪੜਤਾਲ ਅਤੇ ਘੋਖ ਕਰ ਲੈਣੀ ਚਾਹੀਦੀ ਹੈ। ਹਮ ਲੋਗ ਤੋ ਨਜ਼ਰ ਆ ਰਿਹਾ ਕਿ ਕਾਫੀ ਕੁਛ ਇਸਤੇਮਾਲ ਹੋ ਰਿਹਾ ਹੈ ਔਰ ਸੋਸ਼ਲ ਮੀਡੀਆ ਇੱਕ ਤਰ੍ਹਾਂ ਸੇ ਇਸ ਇਲੈਕਸ਼ਨ ਮੈਂ ਹਮ ਲੋਗੋਂ ਨੇ ਦੇਖਾ ਕਿ ਕਾਫੀ ਇੰਪੈਕਟ ਥਾ ਬਨਿਸਬਤ ਪਿਛਲੇ ਇਲੈਕਸ਼ਨ। ਓਬਵੀਅਸਲੀ ਸਾਈਨਸ ਹੈ ਬਾਹਰ ਔਰ ਲੋਨ ਸਾਈਨਸ ਹੈ ਔਰ ਫਿਰ ਹਮ ਲੋਗ ਨੇ ਆਪਣੀ ਤਰਫ ਸੇ ਵੀ ਕਾਫੀ ਕੁਛ ਕੈਨਵਸਿੰਗ ਵੀ ਕਰੀ ਹੈ ਔਰ ਫਲਾਇਰਸ ਵੀ ਬਾਂਟੇ ਕਿ ਲੋਕ ਜਾ ਕੇ ਵੋਟ ਕਰੇ। ਲੇਕਿਨ ਜੋ ਇੰਟਰੈਕਸ਼ਨ ਹਮ ਲੋਗ ਕੋ ਆਨਲਾਈਨ ਮਿਲਾ ਹੈ ਵੋ ਵੋ ਪਿਛਲੇ ਇਲੈਕਸ਼ਨ ਸੇ ਕਾਫੀ ਜ਼ਿਆਦਾ ਥਾ। ਤੋ ਮਿਸੀਸਾਗਾ ਦੀਆਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜਿੱਥੇ ਵਿਕਾਸ ਅਤੇ ਬੁਨਿਆਦੀ ਢਾਂਚੇ ਵਰਗੇ ਮੁੱਦੇ ਹਾਵੀ ਰਹੇ, ਉੱਥੇ ਇਸ ਤਰ੍ਹਾਂ ਦੇ ਮਨੁੱਖੀ ਭਾਵਨਾ ਵਾਲੇ ਮੁੱਦੇ ਵੀ ਵੋਟਰਾਂ ਨੂੰ ਭਰਮਾਉਣ ਦੇ ਲਈ ਵਰਤੇ ਗਏ। ਜਸਪ੍ਰੀਤ ਪੰਦੇਰ, ਓਮਨੀ ਨਿਊਜ਼।